ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ 'ਤੇ ਕਿੰਨੀ ਕਿਰਪਾ ਕਰਦੇ ਹਨ, ਲੋਕ ਸੁਖੀ ਪ੍ਰਲੋਕ ਸੁਹੇਲੇ ਵੀ ਬਣਾ ਦਿੰਦੇ ਹਨ। ਲੋਕ ਵਿੱਚ ਸਾਨੂੰ ਸੁੱਖ ਦੇਣ ਵਾਸਤੇ ਹਰ ਮਹੀਨੇ ਵਿੱਚ ਸਾਨੂੰ ਉਪਦੇਸ਼ ਬਖਸ਼ਦੇ ਹਨ ਕਿ ਇਸ ਮਹੀਨੇ ਵਿੱਚ ਸਿੱਖਾ, ਜੇ ਤੂੰ ਇਸ ਢੰਗ ਨਾਲ ਨਾਮ ਜਪੇਗਾ, ਸੇਵਾ ਕਰੇਗਾ ਤਾਂ ਤੇਰਾ ਭਲਾ ਹੋ ਜਾਏਗਾ। 10 ਰੂਪਾਂ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਰੀਰ ਧਾਰਨ ਕਰਕੇ ਉਪਦੇਸ਼ ਬਖਸ਼ਦੇ ਰਹੇ ਅਤੇ ਹੁਣ 11ਵੇਂ ਸਰੂਪ ਵਿੱਚ ਗੁਰੂ ਕਲੰਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਦਾਨ ਕੀਤੀ, ਨਮਸਕਾਰ ਕੀਤੀ ਅਤੇ ਹੁਕਮ ਕੀਤਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਅੱਗੇ ਲਈ ਸਾਡੇ ਸਿੱਖ ਜਿਹੜੇ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸੇ ਸਤਿਗੁਰੂ ਪਾਤਸ਼ਾਹ ਜੀ ਦਾ ਸਰੂਪ ਬੰਨਣ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਪੋਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਕਸ਼ਾਤ ਨਿਰੰਕਾਰ ਹੈ, ਉਹਦੇ ਜਿੱਡਾ ਸੰਸਾਰ ਵਿੱਚ ਕੋਈ ਹੈ ਨਹੀਂ। ਹਰ ਇੱਕ ਸਿੱਖ ਪੂਰਨ ਭਰੋਸਾ ਰੱਖੇ ਅਤੇ ਉਹਨਾਂ ਦਾ ਬਚਨ ਮੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇਸ ਕਰਕੇ ਸਿੱਖ ਮੁਕਤ ਹੋ ਜਾਣਗੇ ਸਾਰੇ ਹੀ। ਇਕੱਲੇ ਇਕੱਲੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਿੱਖਾ ਇਸ ਮਹੀਨੇ ਵਿੱਚ ਤੂੰ ਇਸ ਢੰਗ ਦਾ ਨਾਮ ਜਪ, ਤੇਰਾ ਉਧਾਰ ਹੋ ਜਾਏਗਾ। ਕਿੰਨਾ ਪਿਆਰ ਗੁਰੂ ਮਹਾਰਾਜ ਕਰਦੇ ਹਨ, ਪਰ ਸਾਡਾ ਵੀ ਫਰਜ਼ ਬਣਦਾ ਹੈ ਉਸ ਗੁਰੂ ਨਾਲ ਆਪਾਂ ਪਿਆਰ ਕਰੀਏ। ਉਨਾ ਚਿਰ ਸਾਡਾ ਗੁਰੂ ਨਾਲ ਸੰਬੰਧ ਨਹੀਂ ਜੁੜਦਾ ਜਿਤਨਾ ਚਿਰ ਗੁਰੂ ਦਾ ਹੁਕਮ ਨਹੀਂ ਮੰਨਦੇ। ਪ੍ਰਥਮ ਰਹਿਤ ਇਹੋ ਮਾਨ ਖੰਡੇ ਕਾ ਪਾਹੁਲ ਸ਼ਕਾ। ਪਹਿਲੀ ਰਹਿਤ ਗੁਰੂ ਪਾਤਸ਼ਾਹ ਦੱਸਦੇ ਨੇ, ਖੰਡੇ ਬਾਟੇ ਦਾ ਅੰਮ੍ਰਿਤ ਦਾ ਧਾਰਨੀ ਹੋਵੇ ਫਿਰ ਸਾਡੇ ਨਾਲ ਉਸਦਾ ਸੰਬੰਧ ਜੁੜੇਗਾ, ਉਹ ਸਾਡਾ ਸਿੱਖ, ਸਾਡਾ ਸਿੱਖ ਪੁੱਤਰ ਹੋ ਜਾਏਗਾ ਅਤੇ ਅਸੀਂ ਉਹਦੇ ਗੁਰੂ ਪਿਤਾ ਹੋ ਜਾਵਾਂਗੇ। ਫਿਰ ਅਸੀਂ ਉਹਦਾ ਹਰ ਇੱਕ ਜਗ੍ਹਾ 'ਚ ਧਿਆਨ ਰੱਖਾਂਗੇ। ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿਤ ਸਹਾਈ। ਜਿੱਥੇ ਵੀ ਸਿੱਖ ਸਾਨੂੰ ਆਰਾਧਨਾ ਕਰੇਗਾ ਉਸੇ ਤਰ੍ਹਾਂ ਉਹਦੇ ਦੋਸਤ, ਮਿੱਤਰ, ਪਿਤਾ, ਗੁਰੂ ਬਣ ਕੇ ਅਸੀਂ ਮਦਦ ਕਰਾਂਗੇ। ਉਹਦੇ ਮਹੀਨੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ। ਭੁੱਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਉਪਦੇਸ਼ ਮਿਲਿਆ ਨਾ ਹੋ, ਜਿਹੜਾ ਸਾਡਾ ਮਾਲਕ ਹੈ, ਇੱਕੋ ਹੀ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਉਹੀ ਸਾਡਾ ਮਾਲਕ ਹੈ ਹਰੀ ਪਰਮੇਸ਼ਰ। ਜਦ ਅਸੀਂ ਉਹਨੂੰ ਗੱਲ ਨਾਲ ਮਿਲਾਂਗੇ, ਗੱਲ ਨਾਲ ਲਾਵਾਂਗੇ, ਭੁੱਲਾਂਗੇ ਨਹੀਂ, ਅਤੇ ਫਿਰ ਅਸੀਂ ਉਹਦੇ ਬਣ ਜਾਵਾਂਗੇ, ਫਿਰ ਗੁਰੂ ਸਾਡਾ ਬਣ ਜਾਏਗਾ। ਪਰ ਜਦੋਂ ਅਸੀਂ ਉਹਦੇ ਆਪਣੇ ਗਲ ਦੇ ਵਿੱਚ ਉਸਦਾ ਨਾਮ ਨੂੰ ਵਸਾ ਲਵਾਂਗੇ, ਪਹਿਲੇ ਬੈਖਰੀ ਬਾਣੀ ਦੁਆਰਾ ਉਸਦਾ ਸਿਮਰਨ ਕਰਾਂਗੇ, ਦੂਸਰਾ ਮੱਧਮ ਬਾਣੀ ਦੁਆਰਾ, ਮੱਧਮ ਗਲੇ ਦੇ ਵਿੱਚ
ਕੰਠ ਵਿੱਚ ਲਾ ਲੈਣਾ ਗੁਰੂ ਨੂੰ, ਛਿਣ ਮਾਤਰ ਵੀ ਵਿਛੋੜਾ ਨਾ ਹੋਣਾ ਗੁਰੂ ਨਾਲ। ਜਦੋਂ ਅਸੀਂ ਇੱਦਾਂ ਕਰਾਂਗੇ ਫਿਰ ਸਾਨੂੰ ਤੁਖਾਰ ਜਿਹੜੀ ਬਰਫ਼ ਹੈ ਭਾਵ ਦੁੱਖ ਹੈ ਦੁਨੀਆ ਦੇ ਉਹ ਨਹੀਂ ਵਿਆਪ ਸਕਣਗੇ। ਗੁਰੂ ਸਾਡਾ ਹਰ ਸਮੇਂ ਸਾਡੀ ਰੱਖਿਆ ਕਰੇਗਾ। ਸੰਸਾਰ ਵਿੱਚ ਕਿੰਨੇ ਕਿਸਮ ਦੇ ਦੁੱਖ ਹੈ, ਆਦਿ ਵਿਆਦ ਉਪਾਦ ਤਿੰਨਾਂ 'ਚ ਸਾਰੇ ਆ ਜਾਂਦੇ। ਆਦਿ ਹੁੰਦਾ ਮਨ ਦੇ ਦੁੱਖ ਜਿਹੜੇ ਹੈ, ਵਿਆਦ ਹੁੰਦਾ ਸਰੀਰ ਦੀਆਂ ਬਿਮਾਰੀਆਂ ਕਰਕੇ ਜਿਹੜੇ ਦੁੱਖ ਹੈ, ਉਪਾਦ ਜਿਹੜੇ ਸਾਡੇ ਦੁਸ਼ਮਣੀ ਆਦਿਕ ਤਰ੍ਹਾਂ ਤਰ੍ਹਾਂ ਦੇ ਬਾਹਰਲੇ ਝਗੜੇ ਚਾਟੇ ਹਨ। ਇਹਨਾਂ ਤਿੰਨਾਂ ਦੁੱਖਾਂ ਦੇ ਵਿੱਚ ਸਾਰੇ ਦੁੱਖ ਆ ਜਾਂਦੇ ਹਨ। ਫਿਰ ਉਹ ਗੁਰੂ ਜਦ ਅਸੀਂ ਉਹਨੂੰ ਆਪਣੇ ਕੰਠ ਨਾਲ ਲਾ ਰੱਖਾਂਗੇ ਨਾਮ ਰਾਹੀਂ, ਫਿਰ ਉਹ ਸਾਡੇ ਸਾਰੇ ਦੁੱਖਾਂ ਦੀ ਨਿਵਿਰਤੀ ਕਰਦਾ ਹੈ। ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ। ਸਾਹੋ ਹੁੰਦਾ ਜਿਹੜਾ ਕੋਈ ਸਭ ਤੋਂ ਵੱਡਾ। ਜਦ ਸਾਡਾ ਮਨ ਉਹਦੇ ਚਰਨ ਕਮਲਾਂ ਨਾਲ ਨਾਮ ਦੁਆਰਾ ਨਾਮ ਰੂਪੀ ਚਰਨ ਕਮਲਾਂ ਨਾਲ ਬੇਧਿਆ ਬਿੰਨਿਆ ਜਾਏਗਾ, ਭਾਵ ਨਾਮ ਹਿਰਦੇ ਵਿੱਚ ਵਸ ਜਾਏਗਾ, ਛਾਤੀ ਨਾਲ ਸਾਡੇ ਕੰਠ ਨਾਲ ਲੱਗਿਆ ਰਹੇਗਾ ਮਾਧਵਾਂ ਬਾਣੀ ਦੁਆਰਾ। ਦਰਸ਼ਨ ਲੱਗੜਾ ਸਾਹੋ, ਸਾਨੂੰ ਉਹ ਜਿਹੜਾ ਸਾਹੋ ਮਾਲਕ ਹੈ ਸਾਰਿਆਂ ਦਾ, ਉਹਦਾ ਦਰਸ਼ਨ ਦੀ ਖਿੱਚ ਹੋ ਜਾਏਗੀ ਕਿ ਅਸੀਂ ਉਹਦਾ ਦੀਦਾਰ ਕਰ ਸਕੀਏ। ਇਸ ਮਹੀਨੇ ਵਿੱਚ ਇਹ ਉਪਦੇਸ਼ ਮਹਾਰਾਜ ਬਖਸ਼ਦੇ ਹਨ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਉਸ ਪਰਮੇਸ਼ਰ ਦੀ ਜਿਹੜਾ ਗੋ ਮੈਨੇ ਇੰਦਰੀਆਂ ਦਾ ਵਿੰਦ ਰੱਖਿਆ ਕਰਨ ਵਾਲਾ ਹੈ, ਜਿੰਨੀਆਂ ਸਾਡੀਆਂ ਅੱਖਾਂ ਕੰਨ ਨੱਕ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ, ਉਹ ਸਾਰਿਆਂ ਦੀ ਰੱਖਿਆ ਕਰਦਾ ਹੈ, ਉਹਨੂੰ ਸ਼ਕਤੀ ਦਿੰਦਾ ਹੈ। ਅੱਖਾਂ ਨਾਲ ਅਸੀਂ ਦੇਖ ਸਕਦੇ ਹਾਂ, ਉਸੇ ਨੂੰ ਦੇਖਣਾ। ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਅੱਖਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਮੈਲੀ ਨਹੀਂ ਹੋਣ ਦੇਣੀ ਅਸੀਂ, ਅਤੇ ਗੁਰੂ ਦੇ ਹੁਕਮ ਦੁਆਰਾ ਉਸੇ ਨੂੰ ਹੀ ਸਾਰਿਆਂ ਵਿੱਚ ਦੇਖਣਾ ਹੈ। ਵਾਹਿਗੁਰੂ ਵਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹ। ਸਾਧੂ ਜਿਹੜੇ ਸਾਧਨਾ ਸੰਪੰਨ ਗੁਰੂ ਦੇ ਹੁਕਮਾਂ ਦੇ ਮੁਤਾਬਕ ਚੱਲਣ ਵਾਲੇ, ਮਨ ਦੀ ਮਰਜ਼ੀਆਂ ਛੱਡ ਕੇ ਗੁਰੂ ਦਾ ਹੁਕਮ ਮੰਨਣ ਵਾਲੇ, ਉਹ ਸਾਧੂ ਉਹਨਾਂ ਨੂੰ ਮਿਲ ਕੇ ਫਿਰ ਉਹਦੇ ਗੁਣ ਗਾਉਣੇ ਹਨ ਪਰਮੇਸ਼ਰ ਦੇ। ਸੰਗਤ ਵਿੱਚ ਵੀ ਸਾਧੂ ਰੂਪ ਵਿੱਚ ਵੀ ਬਹੁਤ ਗੁਰਮੁਖ ਹੁੰਦੇ ਹਨ, ਜਿਹੜੇ ਉਹਨਾਂ ਦੇ ਹੁਕਮ ਮੰਨੇ ਉਹੀ ਸਾਧੂ ਹੋ ਸਕਦਾ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ ਹੋ। ਫਿਰ ਇਹਦਾ ਲਾਭ ਕੀ ਹੋਏਗਾ? ਜਿਸ ਤੋਂ ਸਾਰੀ ਸ੍ਰਿਸ਼ਟੀ ਦੀ ਉਪਜ ਹੋਈ ਹੈ, ਪੈਦਾ ਹੋਈ ਹੈ, ਸਾਰੀਆਂ ਧਰਤੀਆਂ ਦੇ ਪ੍ਰਾਣੀ, ਭਾਵੇਂ ਉਹ ਸਮੁੰਦਰ ਦੇ ਜੀਵ ਹੈ, ਭਾਵੇਂ ਧਰਤੀ ਦੇ ਜੀਵ ਹੈ, ਭਾਵੇਂ ਪੰਛੀ ਆਕਾਸ਼ 'ਚ ਉੱਡਣ ਵਾਲੇ ਹੈ, ਫਿਰ ਉਹ ਗੁਰੂ
ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਗਲ ਨਾਲ ਲਾ ਲੈਂਦੇ ਹਨ, ਬਹੁੜਾਂ ਨਾਲ ਵਿਛੜ ਜਾਓ ਆਪਣੇ ਨਾਲ ਮਿਲਾਪ ਕਰਾ ਦਿੰਦੇ ਹਨ, ਫਿਰ ਵਿਛੋੜਾ ਨਹੀਂ ਹੁੰਦਾ ਮੁੜ ਕੇ। ਜਿਹੜੇ ਜੀਵ ਨੂੰ ਉਹ ਬਖਸ਼ ਲੈਂਦੇ ਹਨ, ਆਪਣੇ ਨਾਲ ਮੇਲ ਲੈਂਦੇ ਹਨ ਜੇ ਆਪਾਂ ਉਹਨਾਂ ਦੇ ਹੁਕਮ ਮੰਨੀਏ, ਅਤੇ ਫਿਰ ਕਦੇ ਵਿਛੜ ਜਾਓ। ਉਹ ਜੀਵ ਰੂਪੀ ਇਸਤਰੀਆਂ ਦਾ ਵਿਛੋੜਾ ਨਹੀਂ ਕਦੇ ਵੀ ਉਸ ਤੋਂ ਹੁੰਦਾ, ਉੱਠੇ ਪੈਰ ਉਹਦੇ ਨਾਲ ਰਹਿੰਦਾ। ਜਿਵੇਂ 15 ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਛਿਨ ਵੀ ਵਿਛੋੜਾ ਨਹੀਂ ਹੁੰਦਾ, ਅੱਠੇ ਪਹਿਰ ਉਹ ਨਾਲ ਜੁੜੇ ਰਹਿੰਦੇ ਹਨ। ਬਾਹਰ ਜਾਓ ਲਖ ਬੇਰੀ ਆ ਹਰ ਸੱਜਣ ਅਗਮ ਅਗਾਹੋ। ਉਹ ਪਰਮੇਸ਼ਰ ਦੇ ਵਾਰ ਵਾਰ ਅਸੀਂ ਬਲਿਹਾਰ ਜਾਣਾ ਕਰਦੇ ਹਾਂ, ਜੋ ਹਰ ਸੱਜਣ, ਜੋ ਸਭ ਦਾ ਹੀ ਸੱਜਣ ਹੈ, ਜਿਹੜਾ ਉਸਦੇ ਹੁਕਮਾਂ ਦੀ ਪਾਲਣਾ ਕਰਦਾ ਹੈ। ਆਹ ਹੁਕਮ ਹੈ ਸਾਨੂੰ ਪੋਹਦੇ ਮਹੀਨੇ 'ਚ ਕੀ ਕਰਨਾ, ਇਹ ਹੁਕਮ ਹੈ ਗੁਰੂ ਦਾ, ਇੱਦਾਂ ਕਰਨਾ। ਲੱਖਾਂ ਬੇਰੀਆਂ ਅਸੀਂ ਉਸ ਤੋਂ ਕੁਰਬਾਨ ਜਾਂਦੇ ਹਾਂ, ਹਰ ਸੱਜਣ ਅਗਮ ਅਗਾਹੋ, ਫਿਰ ਉਹ ਹਰੀ ਪਰਮੇਸ਼ਰ ਸਾਡਾ ਸੱਜਣ ਬਣ ਜਾਂਦਾ। ਸੱਜਣ ਕਹਿ ਦਿਓ, ਪਿਤਾ ਕਹਿ ਦਿਓ, ਗੁਰੂ ਕਹਿ ਦਿਓ, ਸਾਹੂ ਕਹਿ ਦਿਓ, ਮਾਤਾ ਕਹਿ ਦਿਓ, ਤੂੰ ਹੀ ਮੇਰਾ ਮਾਤਾ ਹੈ, ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰਾ ਬੰਧ ਰਿਸ਼ਤੇਦਾਰ ਹੈ, ਤੂੰ ਮੇਰਾ ਬੰਧ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪਾਉ ਕਿਹਾ ਕੌੜਾ ਜੀਓ। ਜਦ ਉਹਦੇ ਹੁਕਮ ਨੂੰ ਅਸੀਂ ਮੰਨਦੇ ਹਾਂ, ਫਿਰ ਸਾਡੇ ਜਿਹੜੇ ਡਰ ਹੈ ਹਰ ਕਿਸਮ ਦੇ ਮਿਟ ਜਾਂਦੇ ਹਨ। ਸਾਨੂੰ ਪ੍ਰਤੀਤ ਹੋ ਜਾਂਦਾ ਅੱਠੇ ਪਹਿਰ ਉਹ ਸਾਡੇ ਨਾਲ ਹੈ, ਸਾਡਾ ਸੱਜਣ ਹੈ। ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦਸਨ, ਜਿੱਥੇ ਸਾਨੂੰ ਕੋਈ ਪੀੜਾ ਪੈਂਦੀ ਹੈ, ਜਿਹੜੇ ਸੱਜਣ ਹੁੰਦੇ ਹਨ ਉਹ ਉੱਥੇ ਹੀ ਸਾਹਮਣੇ ਪ੍ਰਤੀਤ ਹੁੰਦੇ ਹਨ, ਉਹ ਪੀੜਾ ਅਤੇ ਦੁੱਖ ਤੋਂ ਬਚਾਉਣ ਵਾਸਤੇ। ਸਾਡਾ ਹਰੀ ਪਰਮੇਸ਼ਰ, ਗੁਰੂ ਪਰਮੇਸ਼ਰ ਦੇ ਜਦੋਂ ਅਸੀਂ ਹੁਕਮਾਂ ਦੀ ਪਾਲਣਾ ਕਰਦੇ ਹਾਂ, ਫਿਰ ਉਹ ਸਾਡਾ ਸੱਜਣ ਪਿਆਰਾ ਬਣ ਜਾਂਦੇ ਹਨ। ਸ਼ਰਮ ਪਈ ਨਾਰਾਇਣ ਹੈ ਨਾਨਕ ਦਰ ਪਈ ਆਹੋ। ਜਦੋਂ ਅਸੀਂ ਉਹਦੇ ਚਰਨਾਂ 'ਤੇ ਗਿਰ ਜਾਂਦੇ ਹਾਂ, ਆਪਣੀ ਮਨ ਦੀਆਂ ਮਰਜ਼ੀਆਂ ਛੱਡ ਦਿੰਦੇ ਹਾਂ, ਉਹਦੇ ਚਰਨਾਂ ਨਾਲ ਲਿਪਟ ਜਾਂਦੇ ਹਾਂ, ਸਭ ਕੁਛ ਹੀ ਉਹਦਾ ਆਤਮ ਸਮਰਪਣ ਕਰ ਦਿੰਦੇ ਹਾਂ, ਫਿਰ ਕੀ ਹੁੰਦਾ? ਸ਼ਰਮ ਪਈ ਨਾਰਾਇਣ ਹੈ। ਉਹ ਜਿਹੜਾ ਨਰ ਹਰੇਕ ਇਨਸਾਨ ਦੇ ਆਇਣ ਅੰਦਰ ਘਰ ਬਣਾ ਕੇ ਬੈਠੇ ਹੋਇਆ ਪਰਮੇਸ਼ੁਰ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸੇ ਗੁਰੂ ਰੂਪ ਉਹੀ ਹੈ। ਨਾਨਕ ਦਰ ਪਈ ਆਹੋ, ਆਪਣੇ ਦਰ 'ਤੇ ਡਿੱਗੇ ਹੋਇਆਂ ਦੀ ਫਿਰ ਉਹਨੂੰ ਸ਼ਰਮ ਹੋ ਜਾਂਦੀ ਆ। ਗੁਰੂ ਨਾਨਕ ਮਹਾਰਾਜ ਕਹਿ ਦਿਉ, ਗੁਰੂ ਕਲਗੀਧਰ ਮਹਾਰਾਜ ਕਹਿ ਦਿਉ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਦਿਉ। ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਉਹਦੇ ਮਹੀਨੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਦੇ ਹਨ ਕਿ ਫਿਰ ਉਹਨੂੰ ਕਦੇ ਦੁੱਖ ਨਹੀਂ ਹੁੰਦਾ ਜੇ ਆਪਾਂ ਸਭ ਕੁਛ ਗੁਰੂ ਨੂੰ ਆਤਮ ਸਮਰਪਣ ਕਰ ਦਈਏ। ਸਭ ਕੁਛ ਗੁਰੂ ਦਾ, ਮਨ ਵੀ ਉਸੀ ਦਾ, ਤਨ ਮਨ ਤੇਰਾ, ਤਨ ਭੀ ਤੇਰਾ, ਤੂੰ ਠਾਕੁਰ ਸਾਹਿਬ ਸਿਰ ਮੇਰਾ, ਮਨ ਵੀ ਤਨ ਵੀ ਧਨ ਵੀ ਸਭ ਉਸੀ ਦਾ ਜਾਣ ਲੈਵੇ ਸਿੱਖ, ਅਤੇ ਫਿਰ ਉਹਦੀ ਸ਼ਰਨ ਪੈ ਜਾਂਦੇ ਹਾਂ। ਇਹ ਸ਼ਰਨ ਹੈ ਆਤਮ ਸਮਰਪਣ, ਸਭ ਕੁਛ ਉਹਨੂੰ ਸਮਰਪਣ ਕਰ ਦੇਣਾ, ਆਪਣੀ ਕੋਈ ਵਸਤੂ ਨਾ ਮੰਨਣੀ ਸੰਸਾਰ ਵਿੱਚ। ਜਦੋਂ ਐਸਾ ਕਰਾਂਗੇ
ਫਿਰ ਉਹ ਸਾਰੇ ਹੀ ਸੁੱਖ ਸਾਨੂੰ ਦੇ ਦਿੰਦਾ, ਕੋਈ ਦੁੱਖ ਲੱਗਣੇ ਨਹੀਂ ਦਿੰਦਾ, ਜਿਸ ਨੂੰ ਉਹ ਬੇਪਰਵਾਹ ਬਖਸ਼ ਲੈਂਦਾ। ਫਿਰ ਸਾਨੂੰ ਜਦ ਉਹ ਬਖਸ਼ ਲੈਂਦਾ ਹੈ ਤਾਂ ਸਾਡੇ ਸਾਰੇ ਦੁੱਖਾਂ ਦੀ ਨਿਵਿਰਤੀ ਇੱਥੇ ਸੰਸਾਰ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਕਰ ਦਿੰਦਾ ਹੈ। ਇਸ ਕਰਕੇ ਆਪਾਂ ਯਤਨ ਕਰਨਾ ਗੁਰੂ ਨਾਲ ਸੰਬੰਧ ਜੋੜੀਏ। ਸਭ ਤੋਂ ਪਹਿਲਾਂ ਅੰਮ੍ਰਿਤਧਾਰੀ ਹੋਣਾ ਬਹੁਤ ਜ਼ਰੂਰੀ ਹੈ, ਅਤੇ ਫਿਰ ਗੁਰੂ ਦੇ ਹੁਕਮਾਂ ਨੂੰ ਮੰਨਣਾ ਵੀ ਜ਼ਰੂਰੀ ਹੈ। ਰਹਿਤ ਵਿੱਚ ਰਹਿਣਾ ਉਹਨਾਂ ਨੂੰ ਕਿਹਾ ਜਾਂਦਾ ਹੈ। ਜਿਹੜਾ ਸਿੱਖ ਰਹਿਤ ਰਹਿੰਦਾ ਹੈ, ਰਹਿਤ ਵਿੱਚ ਉਹ ਗੁਰੂ ਕਲਗੀਧਰ ਪਿਤਾ ਜੀ ਕਹਿੰਦੇ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹੀ ਮੇਰਾ ਸਿੱਖ ਹੈ ਜਿਹੜਾ ਮੇਰੇ ਹੁਕਮਾਂ ਦੇ ਵਿੱਚ ਚੱਲਦਾ। ਰਹਿਣੀ ਮਤਲਬ ਉਹਦੇ ਹੁਕਮਾਂ ਵਿੱਚ ਚੱਲਦਾ। ਉਹ ਸਾਹਿਬ ਮੈਂ ਉਸਕਾ ਚੇਰਾ, ਕੁੱਡਾ ਵੱਡਾ ਮਾਣ ਰੱਬ ਬਖਸ਼ਦੇ ਨੂੰ ਕਹਿੰਦੇ ਨੇ, ਉਹ ਮੇਰਾ ਸਾਹਿਬ ਹੈ, ਮੈਂ ਉਸਦਾ ਸੇਵਕ ਹਾਂ। ਸੰਸਾਰ ਵਿੱਚ ਐਸਾ ਕੋਈ ਹੋਇਆ ਨਹੀਂ ਜਿਹਨੇ ਇਤਨਾ ਮਾਣ ਦਿੱਤਾ ਹੋਵੇ ਆਪਣੇ ਸਿੱਖਾਂ ਨੂੰ। ਅਤੇ ਸਿਰਫ ਆਪਾਂ ਮਨ ਦੀਆਂ ਮਰਜ਼ੀਆਂ ਛੱਡਣੀਆਂ ਨੇ, ਮਨ ਦੀਆਂ ਮਰਜ਼ੀਆਂ ਦੇ ਮੁਤਾਬਕ ਨਹੀਂ ਚੱਲਣਾ, ਜਿਵੇਂ ਮਨ ਚਾਹੇ ਉੱਦਾਂ ਨਹੀਂ ਕਰਨਾ। ਜੋ ਗੁਰੂ ਦਾ ਹੁਕਮ ਹੈ, ਸਭ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਗੁਰੂ ਦੀ ਲੈਣੀ ਹੈ, ਉਨ੍ਹਾਂ ਚਿਰ ਸੰਬੰਧ ਨਹੀਂ ਜੁੜਦਾ। ਗੁਰੂ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਜੀ ਦਾ ਬਚਨ ਆਉਂਦਾ ਇੱਕ, ਉਹ ਸੰਗਤਾਂ ਵਿੱਚ ਦੱਸ ਰਹੇ ਸੀ ਕਿ ਜੇ ਜਿਹਨੂੰ ਮੈਂ ਆਪਣਾ ਮੰਨ ਲੈਂਦਾ ਹਾਂ ਸਿੱਖ ਇੱਕ ਵਾਰ, ਉਹ ਮੈਂ ਕਈ ਵਾਰ ਨਰਕਾਂ 'ਚ ਵੀ ਉਹਦੇ ਵਾਸਤੇ ਮੈਨੂੰ ਜਾਣਾ ਪੈਂਦਾ, ਮੈਂ ਕੇਸ ਫੜ ਕੇ ਨਰਕਾਂ 'ਚੋਂ ਵੀ ਉਹਨੂੰ ਬਾਹਰ ਕੱਢ ਲੈਂਦਾ ਨਰਕ ਦੀ ਅੱਗ ਦੇ ਵਿੱਚੋਂ। ਅਤੇ ਉੱਥੇ ਮਾਲਵੇ ਦੀ ਸਿੱਖੀ ਜਿਨ੍ਹਾਂ ਨੇ ਰੱਖੀ ਸੀ, ਭਾਈ ਦਾਨ ਸਿੰਘ ਜੀ, ਉਹ ਬੈਠੇ ਸੀ। ਉਹਨਾਂ ਦਾ ਦਾੜਾ ਬਹੁਤ ਲੰਬਾ ਸੀ ਅਤੇ ਸਿਰੋਂ ਮੁੰਨ ਕੇ ਰੱਖਦੇ ਸੀ, ਅਤੇ ਕਹਿੰਦੇ ਜੀ ਪਾਣੀ ਨਹਾਉਣ ਧੋਣ ਦੀ ਮੌਜ ਰਹਿੰਦੀ ਹੈ, ਸਿਰ 'ਚ ਗੜਵੀ ਪਾਓ ਸਾਰਾ ਠੀਕ ਹੋ ਜਾਂਦਾ ਕੰਮ। ਅਤੇ ਉਹ ਹੱਥ ਜੋੜ ਕੇ ਖੜ੍ਹੇ ਹੋ ਕੇ ਕਹਿਣ ਲੱਗੇ, ਮਹਾਰਾਜ ਮੇਰੀ ਦਾੜੀ ਵੱਡੀ ਵੱਡੀ ਹੈ, ਮੈਨੂੰ ਤੁਸੀਂ ਦਾੜੀ 'ਤੇ ਫੜ ਕੇ ਕੱਢ ਲਿਓ। ਮਹਾਰਾਜ ਕਹਿੰਦੇ, ਦਾਨ ਸਿਆਂ ਇਹ ਆਪਣੇ ਸਾਰਿਆਂ ਵਾਸਤੇ ਉਪਦੇਸ਼ ਹੈ, ਇਕੱਲਾ ਦਾਨ ਸਿਉਂ ਲਈ ਨਹੀਂ। ਦਾਨ ਸਿਆਂ ਉਰੇ ਆ ਫਿਰ ਨੇੜੇ, ਤੂੰ ਇਹਨੂੰ ਗੁਰੂ ਦਾ ਡਰ ਪੈਦਾ ਹੁਕਮ ਦੇ ਵਿੱਚ ਨਹੀਂ ਰਹਿ ਆ, ਤੇਰੀ ਜਿਹੜਾ ਸ਼ੱਕ ਹੈ, ਇਹ ਤੇਰਾ ਜਿਹੜਾ ਕੁਐਸਚਨ ਹੈ, ਇਹ ਗੁਰੂ ਦੇ ਡਰ ਪੈ ਵਾਲਾ ਨਹੀਂ ਹੈ। ਲਿਆ ਮੈਂ ਤੈਨੂੰ ਦਿਖਾਈ ਦਿੰਦਾ ਹਾਂ। ਹੁਕਮ ਕੀਤਾ, ਨੇੜੇ ਆ, ਨੇੜੇ ਆਇਆ, ਸੱਚੇ ਪਾਤਸ਼ਾਹ ਨੇ ਉਹਦੇ ਸਿਰ 'ਤੇ ਹੱਥ ਰੱਖ ਦਿੱਤਾ। ਸਾਰਾ ਨਰਕ ਵਿੱਚ ਸੜਦੇ ਹੋਏ, ਗੰਦਗੀ ਰਾਤ ਪੂੰ ਜਿੱਥੇ ਰਿੱਝਦਾ ਸੀ ਉਹਦੇ ਵਿੱਚ ਸੜਦੇ ਹੋਏ ਸਾਰੇ ਦੱਸਿਆ। ਗੁਰੂ ਜੀ ਦੀ ਬਾਣੀ ਵੀ ਆਉਂਦੀ ਹੈ, ਵਿਣ ਸਿਰ ਕੇਸਾਂ ਕੁੱਟੀਆਂ ਕੋਲ ਹੈ ਨਾ ਸਾਰਾ, ਬਿਨਾਂ ਕੇਸਾਂ ਤੋਂ ਸਿਰ ਕੁੱਟੇ ਜਾਂਦੇ ਨੇ ਦਰਗਾਹ ਵਿੱਚ, ਇੰਨੇ ਜ਼ਿਆਦਾ ਕੁੱਟੇ ਜਾਂਦੇ ਨੇ, ਕੂਕਾਂ ਮਾਰਦੇ ਨੇ ਆਦਮੀ ਤਾਂ ਕੋਈ ਸਾਰ ਨਹੀਂ ਲੈਂਦਾ, ਉੱਥੇ ਪੁੱਛਦਾ ਨਹੀਂ ਹੈ ਕੋਈ। ਗੁਰੂ ਤੋਂ ਪੁੱਛਣਾ ਸੀ, ਗੁਰੂ ਦੀ ਬਖਸ਼ੀ ਹੋਈ ਦਾਤਾਂ ਦੀ ਉਹ ਗਦਵੀ ਕਰਦਾ ਹੈ, ਫਿਰ ਹੋਰ ਕੌਣ ਪੁੱਛੂਗਾ। ਗੁਰੂ ਹੀ ਹੈ ਤਾਂ ਗੁਰੂ ਜਾਂ ਪਰਮੇਸ਼ੁਰ ਹੀ ਜੀ ਪ੍ਰਾਣੀ ਦਾ ਹੈ, ਹੋਰ ਕੋਈ ਨਹੀਂ ਹੈ, ਨਾ ਕੋਈ ਮਦਦ ਕਰਦਾ ਹੈ। ਜੇ ਮਾਤ ਪਿਤਾ ਸਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਨਾਮ ਰਾਹੀਂ ਅਤੇ ਉਹਦੇ ਹੁਕਮ ਮੰਨਣ ਰਾਹੀਂ ਅਸੀਂ ਉਹਦੇ ਬਣ ਜਾਂਦੇ ਹਾਂ, ਫਿਰ ਉਹ ਸਾਨੂੰ ਤੱਤੀ ਵਾਰ ਨਹੀਂ ਲੱਗਣ ਦਿੰਦਾ, ਨਾ ਇੱਥੇ ਨਾ ਦਰਗਾਹ ਵਿੱਚ। ਲੋਕ ਸੁਖੀ ਪ੍ਰਲੋਕ ਸੁਹੇਲੇ ਬਣਾ ਦਿੰਦਾ ਹੈ। ਹੁਣ ਕਿਸੇ ਸਾਖੀ ਸੁਣਾਉਣ ਦਾ ਤਾਂ ਇੰਨਾ ਸਮਾਂ ਵੀ ਨਹੀਂ, ਕਾਫੀ ਸਮਾਂ ਹੋ ਗਿਆ।
ਹੁਣ ਆਪਾਂ ਇਹ ਜੋ ਗੁਰੂ ਪਾਤਸ਼ਾਹ ਨੇ ਪੋਹ ਦੇ ਮਹੀਨੇ ਵਿੱਚ ਸਾਨੂੰ ਉਪਦੇਸ਼ ਬਖਸ਼ਿਆ ਹੈ, ਇਹ ਤੁਸੀਂ ਬਾਣੀ ਸਰਚਰ 'ਚ ਪਾ ਕੇ ਵੀ ਵਾਰ ਵਾਰ ਪੜ੍ਹ ਸਕਦੇ ਹੋ, ਇਹਨਾਂ ਦੇ ਅਰਥ ਵਗੈਰਾ ਵੀ ਸਭ ਕੁਛ ਹੈ, ਅਤੇ ਇਹਦੇ ਮੁਤਾਬਕ ਆਪਣਾ ਜੀਵਨ ਢਾਲਣਾ, ਤਾਂ ਹੀ ਲਾਭ ਹੈ ਇਹਦਾ ਪੜ੍ਹਨ ਦਾ। ਜੇ ਆਪਾਂ ਗੁਰੂ ਘਰ ਆਏ, ਮੱਥਾ ਟੇਕਿਆ ਅਤੇ ਜਲ ਪਾਣੀ ਪ੍ਰਸ਼ਾਦ ਪਾਣੀ ਛਕਿਆ ਅਤੇ ਹਰਨਸ਼ ਹੋ ਗਏ ਘਰਾਂ ਨੂੰ, ਅਤੇ ਇਹਦਾ ਤਾਂ ਨਹੀਂ ਹੈ ਕੋਈ ਲਾਭ। ਲਾਭ ਹੈ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਨੀ। ਇਹ ਗੁਰੂ ਦੇ ਹੁਕਮ ਹੈ ਪੋਹ ਦੇ ਮਹੀਨੇ ਵਾਸਤੇ ਅਸੀਂ ਕੀ ਕਰਨਾ, ਇਸ ਕਰਕੇ ਆਪਾਂ ਸਾਰਿਆਂ ਨੇ ਇਹ ਧਿਆਨ ਦੇਣਾ ਹੈ। ਬਾਣੀ ਸਰਚਰ ਰਾਹੀਂ ਇਹਦੇ ਅਰਥ ਫਿਰ ਪੜ੍ਹ ਸਕਦੇ ਹਾਂ ਘਰ ਜਾ ਕੇ, ਅਤੇ ਤਾਂ ਕਿ ਸਿੱਝ ਅਵਿਹਾ ਵਾਰ ਬਹੁੜ ਨਾ ਹੋਵੀ ਜਨਮੜਾ, ਇਸੀ ਜਨਮ ਵਿੱਚ ਮੋਰਚਾ ਫਤਿਹ ਹੋ ਜਾਏ। ਇਨਸਾਨ ਤੋਂ ਭਗਵਾਨ ਬਣਾ ਦਿੰਦੇ ਨੇ ਗੁਰੂ ਨਾਨਕ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਇੱਕੋ ਹੀ ਹੈ ਦਸੇ ਸਤਿਗੁਰੂ ਪਾਤਸ਼ਾਹ। ਨਰ ਤੋਂ ਨਰਾਇਣ ਬਣਾ ਦਿੰਦੇ ਨੇ, ਇਨਸਾਨ ਤੋਂ ਭਗਵਾਨ ਬਣਾ ਦਿੰਦੇ ਹਨ। ਜਦ ਫਿਰ ਕਦੇ ਵੀ ਵਿਛੋੜਾ ਨਹੀਂ ਪੈਂਦਾ, ਪ੍ਰਾਣੀ ਭਗਵਾਨ ਹੀ ਹੋ ਜਾਂਦਾ ਹੈ। ਅਤੇ ਇਤਨਾ ਉੱਚਾ ਰੁਤਬਾ ਆਪਾਂ ਨੂੰ ਬਖਸ਼ਦੇ ਹਨ, ਪਰ ਮਨ ਦੀਆਂ ਮਰਜ਼ੀਆਂ, ਮਨ ਦੇ ਐਸ਼ ਪ੍ਰਸਤੀ, ਜੋ ਮਨ ਚਾਹੁੰਦਾ ਇਹਦੇ 'ਚ ਮੈਨੂੰ ਸੁੱਖ ਹੈ, ਦਾੜੀ ਕੱਟਣ 'ਚ ਸੁੱਖ ਹੈ, ਸਿਰ ਮੁੰਨਣ 'ਚ ਸੁੱਖ ਹੈ, ਆਹ ਕਰਨ 'ਚ ਸੁੱਖ ਹੈ, ਇਹਦੇ ਨਾਲ ਸਾਡਾ ਨਰਕ ਅਤੇ ਸਿਵਾਏ ਹੋਰ ਕੋਈ ਰਸਤਾ ਗਾਹਾਂ ਮਿਲਦਾ ਨਹੀਂ ਹੈ, ਨਾ ਕੋਈ ਸਾਡੀ ਕੋਈ ਰੱਖਿਆ ਕਰਦਾ, ਆਪਾਂ ਗੁਰੂ ਦੇ ਬਣ ਜਾਈਏ, ਗੁਰੂ ਫਿਰ ਸਾਡਾ ਬਣ ਜਾਂਦਾ। ਜਾਂ ਗੁਰੂ ਆਪਣਾ ਬਣ ਜਾਏ, ਗੁਰੂ ਤਾਂ ਰੱਬ ਹੀ ਹੈ, ਗੁਰ ਪਰਮੇਸ਼ਰ ਇੱਕ ਹੋ ਜਾਣ, ਅਤੇ ਫਿਰ ਉਹ ਕਦੇ ਸਾਨੂੰ ਦੁੱਖ ਨਹੀਂ ਆਉਣ ਦਿੰਦਾ ਕਿਤੇ ਵੀ, ਇੱਥੇ ਵੀ ਅਤੇ ਗਾਹਾਂ ਵੀ। ਉਹਨੂੰ ਸਾਨੂੰ ਨਰਾਇਣ ਹੀ ਬਣਾ ਦਿੰਦਾ, ਉਹ ਆਪ ਨਰਾਇਣ ਹੈ, ਸਭ ਦੇ ਹਿਰਦਿਆਂ ਵਿੱਚ ਵਾਸਾ ਰੱਖਣ ਵਾਲਾ ਆਇਣ ਹੁੰਦਾ ਘਰ, ਅਤੇ ਸਾਨੂੰ ਉਹੀ ਨਰਾਇਣ ਬਣਾ ਦਿੰਦਾ ਉਹ ਪਰਮੇਸ਼ਰ, ਕਿਉਂਕਿ ਆਪ ਭਗਵਾਨ ਹੈ, ਸਾਨੂੰ ਵੀ ਭਗਵਾਨ ਬਣਾ ਦਿੰਦਾ। ਇਤਨਾ ਵੱਡਾ ਫਲ ਹੈ, ਯਤਨ ਕਰੀਏ, ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣ ਦੀ ਕਿਰਪਾ ਕਰੋ, ਜਾਂ ਜੋੜ ਮੇਲੇ ਨੂੰ ਛਕ ਲਿਓ, ਥੋੜ੍ਹੇ ਟਾਈਮ ਤੱਕ ਆਉਣ ਵਾਲਾ ਹੈ। ਅਤੇ ਜੇ ਆਪਾਂ ਗੁਰੂ ਦਾ ਹੁਕਮ ਮੰਨਾਂਗੇ, ਫਿਰ ਸਾਨੂੰ ਗੁਰੂ ਮਹਾਰਾਜ ਕਦੇ ਦੁੱਖ ਨਹੀਂ ਆਉਣ ਦੇਣਗੇ, ਇਹ ਪੱਕੀ ਗੱਲ ਹੈ, ਇੱਥੇ ਨਾ ਅੱਗੇ, ਦੋਨੋਂ ਥਾਵਾਂ 'ਤੇ ਸਹਾਇਤਾ ਕਰਕੇ ਪਰਮ ਸੁਖੀ ਕਰ ਦਿੰਦੇ ਹਨ। ਮੁਕਤੀ ਹੈ ਪਰਮ ਸੁਖ ਦੀ ਪ੍ਰਾਪਤੀ, ਸਾਰੇ ਦੁੱਖਾਂ ਦੀ ਨਿਵਿਰਤੀ, ਪਰਮ ਆਨੰਦ ਦੀ ਪ੍ਰਾਪਤੀ, ਇਹਨੂੰ ਮੁਕਤੀ ਕਹਿੰਦੇ ਨੇ। ਕਦੇ ਵੀ ਦੁੱਖ ਨਾ ਆਉਣਾ, ਅੱਠੇ ਪਹਿਰ ਅਥਾਹ ਆਨੰਦ ਬਣਿਆ ਰਹਿਣਾ, ਅਤੇ ਇਹ ਗੁਰੂ ਦੀ ਕਿਰਪਾ 'ਤੇ ਬਿਨਾਂ ਹੋਰ ਕੋਈ ਸਾਧਨ ਨਹੀਂ ਹੈ। ਮਨ ਦੀਆਂ ਮਰਜ਼ੀਆਂ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜੀਏ, ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਹੁਕਮਾਂ ਦੀ ਪਾਲਣਾ ਹੀ ਰਹਿਤ, ਗੁਰੂ ਦੀ ਰਹਿਤ ਵਿੱਚ ਰਹਿਣਾ ਹੈ। ਸਾਰੇ ਆਪਾਂ ਆਪੋ ਆਪਣੇ 'ਤੇ ਕਿਰਪਾ ਕਰੀਏ, ਆਪਾਂ ਕਿਸੇ 'ਤੇ ਕਿਰਪਾ ਨਹੀਂ, ਆਪੋ ਆਪਣੇ 'ਤੇ ਸਾਰੇ ਕਿਰਪਾ ਕਰੀਏ, ਤਾਂ ਕਿ ਇਸੀ ਜਨਮ ਵਿੱਚ ਸਾਡਾ ਪਾਰ ਨਿਸਤਾਰਾ ਹੋ ਜਾਏ। ਫਿਰ ਜੰਮਾ ਮਰਾ, ਮਰਾ ਫਿਰ ਜੰਮਾ, ਬਹੁਤ ਸਜਾਏ ਪਿਆ, ਦੁੱਖ ਲੰਮਾ, ਕਦੇ ਸੱਪ ਬਣ ਗਿਆ, ਪ੍ਰੇਤ ਬਣ ਗਿਆ, ਗੰਦਗੀ ਦਾ ਕੀੜਾ ਬਣ ਗਿਆ, ਤਾਂਗੀ ਦਾ ਘੋੜਾ ਬਣ ਗਿਆ, ਗਧਾ ਬਣ ਗਿਆ, ਕੁੱਤਾ ਬਣ ਗਿਆ, ਪਤਾ ਨਹੀਂ 84 ਲੱਖ ਵਰਾਇਟੀਆਂ ਦੀਆਂ ਜੂਨਾਂ ਵਿੱਚ ਫਿਰ ਕਿੰਨੇ ਦੁੱਖ ਹੈ। ਇਸ ਲਈ ਆਪਾਂ ਸਾਰੇ ਆਪੋ ਆਪਣੇ 'ਤੇ ਕਿਰਪਾ ਕਰੀਏ, ਗੁਰੂ ਪਾਤਸ਼ਾਹ ਸਭ 'ਤੇ ਕਿਰਪਾ ਕਰਨ ਲਈ ਤਿਆਰ ਹੈ, ਪਰ ਆਪਾਂ ਇਹਨਾਂ ਬਚਨਾਂ ਰਾਹੀਂ ਗੁਰੂ ਦੇ ਨਾਲ ਜੁੜਨਾ ਹੈ। ਇਤਨੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।